श्री गुरु गोबिंद सिंह जी के 350 साल प्रकाश पुरब नूं समर्पित श्री मान संत बाबा कन्हैया सिंह जी निर्मल संपर्दा वाले वालों मौजूदा मुखी संत बलदेव सिंह की अगवाई विच विशेष नगर कीर्तन सजाया गया जो तखत श्री हरिमंदर जी पटना साहिब पहुंचा जिथे तखत साहिब के जथेदार ज्ञानी इकबाल सिंह ने संगतां नूं जी आया गया ਅਤੇ ਸੰਤ ਬਲਦੇਵ ਸਿੰਘ ਨੂੰ ਸਿਰੋਪਾ ਪੇਂਟ ਕੀਤਾ ਅਤੇ ਸਨਮਾਨਿਤ ਕੀਤਾ। ਇਸ ਦੇ ਨਾਲ ਹੀ ਨਿਰਮਲ ਸੰਪਰਦਾ ਵੱਲੋਂ ਵੀ ਜਥੇਦਾਰ ਨੂੰ ਸਨਮਾਨਿਤ ਕੀਤਾ ਗਿਆ। ਸਮੂਹ ਨਗਰ ਨਿਵਾਸੀ ਸੰਗਤਾਂ ਅਤੇ ਨਾਲ ਸਹਿਯੋਗੀ ਇਲਾਕਾ ਨਿਵਾਸੀ ਸੰਗਤਾਂ ਦੇ ਉੱਦਮ ਉਤਸ਼ਾਹ ਦਾ ਸਦਕਾ ਪੰਜ ਪਿਆਰੇ ਨਿਸ਼ਾਨ ਸਾਹਿਬ ਦੀ ਅਗਵਾਈ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਛਤਰ ਛਾਇਆ ਹੇਠ ਮਹਾਨ ਨਗਰ ਕੀਰਤਨ ਆਰੰਭ ਹੋ ਕੇ ਅੱਜ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਜੀ ਵਿਖੇ ਪੁੱਜ ਕੇ ਸੰਪੂਰਨਤਾ ਹੋਈ ਹੈ। ਸੋ ਸਾਰੇ ਸੰਸਾਰ ਦੀਆਂ ਗੁਰਸਿੱਖ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ। ਅਸੀਂ ਇੱਥੇ ਆ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕੀਤੇ ਹਨ। ਪਟਨਾ ਸਾਹਿਬ ਅਤੇ ਗੁਰੂ ਕੀ ਸਵਾਰੀ ਸਰੂਪ ਲੈ ਕੇ ਨਗਰ ਕੀਰਤਨ ਵਿੱਚ ਆਏ ਹਾਂ ਅਤੇ ਮਹਾਂਪੁਰਸ਼ਾਂ ਨੇ ਸੰਤ ਬਾਬਾ ਇਕਬਾਲ ਸਿੰਘ ਜੀ ਜੋ ਇੱਥੇ ਜਥੇਦਾਰ ਹਨ ਇਹਨਾਂ ਨੇ ਸਾਡਾ ਬਹੁਤ ਸਤਿਕਾਰ ਕੀਤਾ ਸਮੁੱਚੀ ਕਮੇਟੀ ਦਾ ਅਤੇ ਜਥੇਦਾਰ ਇਕਬਾਲ ਸਿੰਘ ਜੀ ਦਾ ਸਾਰੀਆਂ ਸੰਗਤਾਂ ਵੱਲੋਂ ਧੰਨਵਾਦ ਕੀਤਾ ਜਾਂਦਾ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।